ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਪੁਲ ਪੁਲ ਦੀ ਮੰਗ ਕੀਤੀ ਮੈਥੋਂ। ਛੋਟਾ ਜਿਹਾ ਸੂਆ ਸੀ, ਚਾਰ ਪੰਜ ਫੁੱਟ ਦਾ ਹੋਣਾ, ਛੇ ਫੁੱਟ ਦਾ ਹੋਣਾ। ਕਹਿੰਦੇ ਜੀ ਪੁਲ ਬਣਾ ਦਿਓ, ਨਹੀਂ ਸਾਨੂੰ ਉੱਤੋਂ ਦੀ ਆਉਣਾ ਪੈ ਜਾਵੇ। ਮੈਂ ਕਿਹਾ ਠੀਕ, ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਜੀ ਐਸਟੀਮੇਟ ਲਾਓ, ਮੈਂ ਐਮ ਪੀ ਲੈਟ 'ਚੋਂ ਪੈਸੇ ਲਏ। ਅਤੇ ਕਹਿੰਦੇ ਠੀਕ ਹੈ, ਅਗਲੇ ਦਿਨ ਐਸਟੀਮੇਟ ਆ ਗਿਆ 1,80,00,000। ਮੈਂ ਕਿਹਾ 5 ਕਰੋੜ ਦਾ ਸਾਲ ਦਾ ਮਿਲਦਾ, ਮੈਂ 2 ਕਰੋੜ ਲਗਭਗ ਇੱਕ ਪੁਲ 'ਤੇ ਲਾ ਦੂੰਗਾ। ਇੱਕ ਮੇਰਾ ਦੋਸਤ ਹੈ ਇੰਜੀਨੀਅਰ ਹੈ, ਮੈਂ ਤਾਂ ਜੂਨੀਅਰ ਹੁੰਦਾ ਸੀ, ਕਹਿੰਦੇ ਮੈਥੋਂ ਕਰਾ ਲਿਆ ਕਰੋ ਇਹ। ਅਸੀਂ ਉਹਨੂੰ ਭੇਜ ਕੇ ਉਹਦਾ ਐਸਟੀਮੇਟ ਲਾ, ਐਸਟੀਮੇਟ ਲਾਇਆ ਤਾਂ ਅਸੀਂ ਪੁਲ ਬਣਾਤਾ। ਕਿੰਨੇ 6 ਲੱਖ ਰੁਪਏ। ਸੱਚੀ ਮਾਨਸਾ 1 ਕਰੋੜ ਤੋਂ ਵੀ ਵੱਧ ਦਾ ਪੁੱਲ ਸੱਚਿਓ 6 ਲੱਖ 'ਚ ਹੀ ਬਣਾ ਛੱਡਿਆ, ਫਿਰ ਤਾਂ ਤੁਸੀਂ ਕਮਾਲ ਹੀ ਕਰ ਦਿੱਤੀ। ਸਾਡੇ ਪੱਤਰਕਾਰ ਨੇ ਵੀ ਸੋਚਿਆ ਕਿ ਇਹ ਕਮਾਲ ਦਾ ਪੁੱਲ ਵੇਖ ਹੀ ਆਈਏ। ਇੰਨੇ ਸੋਹਣੇ ਸ਼ਾਨਦਾਰ ਕਿਫਾਇਤੀ ਪੁੱਲ ਨਾਲ ਇੱਕ ਅੱਧੀ ਫੋਟੋ ਹੀ ਖਿਚਵਾ ਆਈਏ, ਕੀ ਪਤਾ ਕਦੋਂ ਇਸ ਨੂੰ ਦੁਨੀਆ ਦਾ 8ਵਾਂ ਅਜੂਬਾ ਘੋਸ਼ਿਤ ਕਰ ਦਿੱਤਾ ਜਾਵੇ ਅਤੇ ਵੇਖਣ ਲਈ ਟਿਕਟਾਂ ਖਰੀਦਣੀਆਂ ਪੈ ਜਾਣ। ਅਤੇ ਵਾਕਈ ਜਦੋਂ ਸਾਡੇ ਪੱਤਰਕਾਰ ਨੇ ਵੀ ਇਹ ਪੁੱਲ ਵੇਖਿਆ ਤਾਂ ਉਸਦੀਆਂ ਵੀ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਬੜੀ ਮੁਸ਼ਕਲ ਨਾਲ ਗੁਰਦਰਸ਼ਨ ਸਾਹਿਬ ਨੇ ਆਪਣੇ ਆਪ ਨੂੰ ਸੰਭਾਲਿਆ, ਕਿਉਂਕਿ ਵਾਕਈ ਇੱਥੇ ਤਾਂ ਕਮਾਲ ਹੀ ਹੋਈ ਪਈ ਸੀ। ਅਤੇ ਆਓ ਤੁਹਾਨੂੰ ਵੀ ਦਰਸ਼ਨ ਕਰਵਾਈਏ ਇਸ ਕਮਾਲ ਦੇ ਪੁੱਲ ਦੇ। ਕੀ ਹੋਇਆ ਤੁਹਾਨੂੰ, ਨਜ਼ਰ ਨਹੀਂ ਆਇਆ? ਜਨਾਬ ਅੱਖਾਂ 'ਤੇ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਆਓ, ਜਾਂ ਫਿਰ ਆਪਣੀਆਂ ਅੱਖਾਂ ਦਾ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ ਕਰਵਾਓ, ਜੋ ਤੁਹਾਨੂੰ ਇੰਨੇ ਜ਼ਿਆਦਾ ਪੈਸੇ ਨਾਲ ਬਣਿਆ ਇਹ ਪੁੱਲ ਨਜ਼ਰ ਹੀ ਨਹੀਂ ਆ ਰਿਹਾ। ਜਨਾਬ ਇਸ ਨੂੰ ਬਣਾਉਣ ਵਾਲੇ ਇੰਜੀਨੀਅਰ ਨੂੰ ਤਾਂ ਕੈਨੇਡਾ ਅਮਰੀਕਾ ਵਾਲੇ ਲੱਭੀ ਜਾਂਦੇ ਨੇ ਕਿ ਸਾਡੇ ਤਾਂ ਅੱਜ ਤੱਕ ਨਹੀਂ ਬਣਿਆ ਇੰਨਾ ਸੋਹਣਾ ਅਤੇ ਕਿਫਾਇਤੀ ਪੁੱਲ, ਸਾਨੂੰ ਵੀ ਬਣਾ ਕੇ ਦਿਓ। ਵੈਸੇ ਮਾਨ ਸਾਹਿਬ, ਤੁਹਾਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਇਸ ਪੁੱਲ ਨੂੰ ਵੇਖ ਕੇ ਤਾਂ ਲੱਗਦਾ ਹੈ ਕਿ ਇਹ 6 ਲੱਖ ਤੋਂ ਤਾਂ ਬਹੁਤ ਘੱਟ 'ਚ ਹੀ ਤਿਆਰ ਹੋਇਆ ਹੋਣਾ ਹੈ। ਕਿਤੇ ਤੁਹਾਡਾ ਇੰਜੀਨੀਅਰ ਮਿੱਤਰ ਕੋਈ ਗੋਲਮਾਲ ਨਾ ਕਰ ਗਿਆ ਹੋਵੇ, ਚੈੱਕ ਕਰਵਾ ਲਓ। ਜੀ ਹਾਂ, ਤੰਜ ਬਹੁਤ ਹੋਇਆ, ਪਰ ਜਨਾਬ ਅਸੀਂ ਵੀ ਕੀ ਕਰੀਏ, ਮਾਨ ਸਾਹਿਬ ਨੇ ਮਜ਼ਾਕ ਹੀ ਇੰਨਾ ਕਮਾਲ ਦਾ ਕੀਤਾ, ਝੂਠ ਹੀ ਇੰਨਾ ਸ਼ਾਨਦਾਰ ਅਤੇ ਇੰਨੇ ਆਤਮ ਵਿਸ਼ਵਾਸ ਨਾਲ ਬੋਲਿਆ ਪੰਜਾਬ ਦੀ ਜਨਤਾ। ਇਹ ਤਸਵੀਰਾਂ ਨੇ ਦਿੜਬਾ ਦੇ ਪਿੰਡ ਬਗਰੌਲ ਦੀਆਂ, ਉਸੇ ਪਿੰਡ ਦੀਆਂ ਜਿੱਥੇ 1 ਕਰੋੜ ਤੋਂ ਵੀ ਵੱਧ ਦੇ ਐਸਟੀਮੇਟ ਵਾਲੇ ਪੁੱਲ ਨੂੰ ਮਹਿਜ਼ 6 ਲੱਖ 'ਚ ਬਣਾਉਣ ਦਾ ਮਾਨ ਸਾਹਿਬ ਨੇ ਇੱਕ ਨਿੱਜੀ ਚੈਨਲ 'ਤੇ ਬਿਆਨ ਦਿੱਤਾ ਸੀ। ਅਤੇ ਸ਼ਾਨਦਾਰ ਪੁੱਲ ਬਣਾਉਣ ਲਈ ਇੱਥੋਂ ਦੇ ਲੋਕ ਮਾਨ ਸਾਹਿਬ ਦਾ ਕਿਵੇਂ ਧੰਨਵਾਦ ਕਰ ਰਹੇ ਨੇ, ਐਡੀਟਰ ਸਾਹਿਬ ਸੁਣਾਇਓ ਜ਼ਰਾ। ਮੈਨੂੰ ਸਾਰੇ ਪੰਜਾਬ ਨੂੰ, ਸਾਰੇ ਪੰਜਾਬੀਅਤ ਨੂੰ, ਸਾਰੀ ਦੁਨੀਆ ਨੂੰ ਭਗਵੰਤ ਮਾਨ ਇਹ ਝੂਠ ਦਾ ਜਵਾਬ ਦੇਵੇ ਵੀ ਉਹ 6 ਲੱਖ ਰੁਪਈਏ ਦਾ ਹਿਸਾਬ ਕਿੱਥੇ ਹੈ, ਵੀ ਉਹ 6 ਲੱਖ ਸਾਡੇ ਪੁੱਲ ਬਣਿਆ ਨਹੀਂ, ਉਹ ਬਿੱਲ ਬਣਾ ਕੇ ਖਾਧਾ ਗਿਆ ਕਿ ਕਿਵੇਂ ਖਾਧਾ ਗਿਆ। ਮੈਂ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਆਮ ਆਦਮੀ ਪਾਰਟੀ ਤੋਂ ਬਚੋ, ਇਹ ਭਗਵੰਤ ਮਾਨ ਇੱਕ ਡੰਮੀ ਭਗਵੰਤ ਮਾਨ ਲਾਇਆ ਹੋਇਆ, ਇਹਦੇ ਹੱਥ ਪੱਲ ਕੁਛ ਨਹੀਂ। ਅਸੀਂ ਸਿਰਫ ਉਹਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਐਡਾ ਵੱਡਾ ਝੂਠ ਕਿਉਂ ਬੋਲਿਆ? ਪਿਛਲੇ ਜਿਹੜੇ 5 ਸਾਲ ਲੰਘੇ ਨੇ ਉਹਨਾਂ 'ਚ ਉਹਨਾਂ ਨੇ ਕਿਹਾ ਵੀ ਮੈਂ 8 ਲੱਖ 'ਚ ਪੁੱਲ ਲਾਤਾ, ਅਤੇ ਹੁਣ ਜਦ ਉਹਨਾਂ ਨਾਲ ਵਾਰਤਾਲਾਪ ਹੋਈ ਹੈ ਪੱਤਰਕਾਰਾਂ ਦੀ, ਉਹ ਕਹਿੰਦੇ ਵੀ ਉਹ ਪੁੱਲ ਚਾਲੂ ਹੈ 6 ਲੱਖ ਦਾ। ਹੁਣ ਤੁਹਾਡੇ ਸਾਹਮਣੇ ਪੁੱਲ ਦੀਆਂ ਫੋਟੋਆਂ ਨੇ, ਪੁੱਲ ਤੁਹਾਡੇ ਸਾਹਮਣੇ ਬਣਿਆ ਹੋਇਆ, ਤੁਸੀਂ ਆਪ ਦੇਖ ਸਕਦੇ ਹੋ ਵੀ 6 ਲੱਖ 'ਚ ਕਿਹੜਾ ਪੁੱਲ ਲੱਗਿਆ। ਪਿੰਡ ਬਗਰੌਲ ਦੇ ਸਾਬਕਾ ਅਤੇ ਮੌਜੂਦਾ ਸਰਪੰਚ ਆਪਣੇ ਖਾਤਿਆਂ ਵਿੱਚ ਲੱਭ ਲੱਭ ਥੱਕ ਗਏ ਕਿ ਉਹ 6 ਲੱਖ ਆਏ ਤਾਂ ਆਏ ਕਿਸ ਦੇ ਖਾਤੇ 'ਚ, ਅਤੇ ਇਲਾਕੇ ਦੇ ਲੋਕ ਲੱਭ ਲੱਭ ਕੇ ਥੱਕ ਗਏ ਕਿ ਜੇਕਰ ਪੁੱਲ ਬਣਿਆ ਤਾਂ ਬਣਿਆ ਕਿੱਥੇ। ਕਿਤੇ ਮਾਨ ਸਾਹਿਬ ਅਤੇ ਉਹਨਾਂ ਦੀ ਟੀਮ ਨੇ ਕਿਸੇ ਨਵੀਂ ਤਕਨੀਕ ਨਾਲ ਕੋਈ ਅਦਿੱਖ ਪੁੱਲ ਤਾਂ ਨਹੀਂ ਬਣਾ ਛੱਡਿਆ ਜੋ ਨਜ਼ਰ ਹੀ ਨਹੀਂ ਆਉਂਦਾ ਹੋਵੇ? ਪਰ ਹੋਵੇ ਜ਼ਰੂਰ। ਖੈਰ ਤੁਸੀਂ ਅੱਗੇ ਸੁਣੋ ਕੀ ਕਹਿ ਰਹੇ ਨੇ ਇੱਥੋਂ ਦੇ ਲੋਕ ਆਪਣੇ ਦਿੜਬੇ ਵਾਲੇ ਵਿਧਾਇਕ ਹਰਪਾਲ ਚੀਮਾ ਅਤੇ CM ਦੇ ਫੇਸ ਭਗਵੰਤ ਮਾਨ ਬਾਰੇ। ਸੁਣੋ, ਇਹ ਤਾਂ ਉਰੇ ਤਾਂ ਮੁੜ ਕੇ ਮੂੰਹ ਹੀ ਨਹੀਂ ਦਿਖਾਇਆ ਜੀ, ਨਾ ਭਗਵੰਤ ਮਾਨ ਆਇਆ ਨਾ ਹਰਪਾਲ ਚੀਮਾ ਜੀ ਆਏ। ਜਿਹੜੀ ਆਮ ਆਦਮੀ ਪਾਰਟੀ ਦੀ ਪਿੱਛੇ ਜਿਵੇਂ ਕਰੋਨਾ ਦੀ ਹਵਾ ਆਈ ਸੀ, ਇਸ ਤਰ੍ਹਾਂ ਹਵਾ ਸੀ, ਉਹ ਹਵਾ ਹਵਾ 'ਚ MLA ਬਣ ਗਏ, ਵਿਰੋਧੀ ਧਿਰ ਦੇ ਨੇਤਾ ਬਣ ਗਏ, ਇੱਕ ਕੈਬਨਿਟ ਰੈਂਕ ਮਿਲ ਗਿਆ, ਉਹਨਾਂ ਦੇ ਪੈਰ ਥੱਲੇ ਲੱਗੇ ਨਹੀਂ, ਮੁੜ ਕੇ ਉਹ ਸਾਡੇ ਪਿੰਡ 'ਚ ਉਹਨੇ ਮੂੰਹ ਦਿਖਾਈ ਨਹੀਂ ਦਿੱਤੀ, ਨਾ ਭੋਗ 'ਤੇ ਵੀ ਨਹੀਂ ਆਏ, ਕਿਸੇ ਨੂੰ ਨਹੀਂ ਮਿਲੇ ਉਹ। ਜਿਹੜਾ 6 ਲੱਖ ਰੁਪਏ ਦੀ ਗੱਲ ਕੀਤੀ ਸੀ, ਕੀ ਪੈਸਾ ਉਹ ਕਿਹਦੇ ਅਕਾਊਂਟ 'ਚ ਪਾਇਆ, ਕਿੱਥੋਂ ਆਇਆ, ਉਹ ਕੀ ਹੈਗਾ? ਅਸਲ 'ਚ ਨਾ ਜੀ, ਉਹਨਾਂ ਨੇ 6 ਲੱਖ ਦੀ ਇੱਕ ਲਿਸਟ ਜੀ ਬਣੀ ਹੋਈ ਸੀ, ਉਹ ਇਹਨਾਂ ਦੇ ਵਲੰਟੀਅਰਾਂ ਨੇ ਪਿੰਡ 'ਚ ਰੌਲਾ ਪਾਤਾ ਕਿ ਵੀ ਸਰਪੰਚ ਪੁੱਲ ਨਹੀਂ ਲਾ ਰਿਹਾ, ਇਹਨਾਂ ਦੇ ਅਕਾਊਂਟ 'ਚ 6 ਲੱਖ ਰੁਪਈਆ ਆ ਗਿਆ। ਅਤੇ ਮੈਨੂੰ ਪਤਾ ਲੱਗਿਆ, ਮੈਂ ਕੀ ਕੀਤਾ ਜੀ, ਮੈਂ ਸਟੇਟਮੈਂਟ ਕਢਾਈ ਆਪਣੀ, ਮੇਰੇ ਕਰੰਟ ਅਕਾਊਂਟ ਨੇ 2 ਪੰਚਾਇਤ ਦੀ, ਦੋਨਾਂ ਦੀ ਸਟੇਟਮੈਂਟ ਕਢਾ ਕੇ ਚੈੱਕ ਕੀਤਾ, BDO ਸਾਹਿਬ ਨੂੰ ਮਿਲਿਆ ਨਹੀਂ ਆਇਆ। ਮੈਂ ਜਾ ਕੇ ਸੰਗਰੂਰ, ਮੇਰੇ ਨਾਲ ਮੇਰੇ ਦੋਸਤ ਸੀਗੇ, ਅਸੀਂ ਮਾਨ ਸਾਹਿਬ ਨੂੰ ਮਿਲੇ, ਮੈਨੂੰ ਕਹਿਣ ਲੱਗਿਆ ਵੀ ਐਂ ਕਰੋ ਜੀ ਤੁਸੀਂ, ਬਈ ਅਸੀਂ ਨੇ ਜਿਹੜਾ ਪੈਸਾ ਦੇਣਾ 6 ਲੱਖ ਅਸੀਂ ਉਹਨੂੰ ਪਾ ਦਾਂਗੇ।
ਤੇ ਬਾਕੀ ਤੁਸੀਂ ਜਿਹੜੇ ਡੇਰੇ ਨੇ ਜਿਵੇਂ ਕੋਈ ਕਾਰ ਸੇਵਾ ਵਾਲੇ ਬਾਬੇ ਪੁੱਲ ਲਾਉਂਦੇ ਨੇ ਵੀ ਉਹਨਾਂ ਦੇ ਸਹਿਯੋਗ ਨਾਲ ਤੁਸੀਂ ਪੁੱਲ ਲਾ ਲਓ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨ ਸਾਹਿਬ ਨੂੰ ਜਾਂ ਉਹਦੀ ਪਾਰਟੀ ਨੂੰ ਝੂਠੇ ਪ੍ਰਚਾਰ ਕਰਨ ਵਾਲੀ ਪਾਰਟੀ ਨੂੰ ਇੰਨਾ ਪੁੱਛਣਾ ਚਾਹੁੰਦਾ, ਸਾਡੇ ਸੰਗਰੂਰ ਜ਼ਿਲ੍ਹੇ ਦੀ ਜਨਤਾ ਨੂੰ ਪੁੱਛਣਾ ਚਾਹੁੰਦਾ ਵੀ ਫਿਰ ਇਹੋ ਜਿਹੇ ਨੁਮਾਇੰਦੇ ਚੁਣਨ ਦੀ ਆਪਾਂ ਨੂੰ ਲੋੜ ਨਹੀਂ ਜਿਹੜੇ ਤੁਹਾਨੂੰ ਹਜੇ ਵੀ ਕਾਰ ਸੇਵਾ ਵਾਲੇ ਬਾਬਿਆਂ ਦੇ ਕਾਰ ਸੇਵਾ ਵਾਲੇ ਬਾਬਿਆਂ ਤੋਂ ਪੁੱਲ ਲਵਾਉਣ ਵਾਸਤੇ ਕਹਿ ਰਹੇ ਨੇ। जी हाँ, इतों के लोगों ने सारे पंजाब के लोगों को खास अपील भी की है कि तुसी भी ये सोहना पुल जरूर वेखो। तुहाडे चाह पानी का इंतजाम पिंड के लोग खुद करनगे, ते अगली बार जेकर तुहानू भी किते मानसा मिल जाण तां पुछो जरूर कि जनाब एक कमाल कीता तां कीता किवें, ते इन्हें कॉन्फिडेंस नाल इन्ना वड्डा झूठ बोलिया तां बोलिया किवें, कि अजिहे ही झूठां दे सहारे तुसी विधानसभा वाला किला फतेह करन दे सुपने वेख रहे हो। गुरदर्शन सिंह, PTC News, संगरूर।